ਸਤਿ ਸ਼੍ਰੀ ਅਕਾਲ ਜੀ। ਬਟਾਲਾ ਪੁਲਿਸ ਵੱਲੋਂ ਨਸ਼ੇ ਦੇ ਉੱਤੇ ਠੱਲ ਪਾਉਣ ਵਾਸਤੇ 5 ਨੰਬਰ ਜੋ ਹੈਗੇ ਉਹ ਜਾਰੀ ਕੀਤੇ ਗਏ ਨੇ। ਉਹਦੇ ਵਿੱਚ 1 ਨੰਬਰ ਜੋ ਹੈਗਾ ਉਹ SSP ਦਫ਼ਤਰ ਦੀ ਹੈਗੀ ਔਰ 4 ਨੰਬਰ ਜੋ ਹੈਗੇ ਵੱਖ ਵੱਖ ਸਬ ਡਿਵੀਜ਼ਨ ਜੋ ਸਾਡੇ ਜ਼ਿਲ੍ਹੇ ਬਟਾਲੇ ਦੇ ਹੈਗੇ ਆ। ਸਬ ਡਿਵੀਜ਼ਨ ਸ਼੍ਰੀ ਹਰਗੋਬਿੰਦਪੁਰ, ਸਿਟੀ ਫਤਿਹਗੜ੍ਹ ਚੂੜੀਆਂ ਔਰ ਡੇਰਾ ਬਾਬਾ ਨਾਨਕ ਦੇ ਹੈਗੇ। ਅਗਰ ਕੋਈ ਇਹ ਸੋਚਦੇ ਹੈਗਾ ਕਿ ਅਸੀਂ ਪੁਲਿਸ ਸਟੇਸ਼ਨ ਦੇ ਲੈਵਲ 'ਤੇ ਨਹੀਂ ਦੱਸਣਾ ਹੈਗਾ ਜਾਂ ਸਬ ਡਿਵੀਜ਼ਨ ਦੇ ਲੈਵਲ 'ਤੇ ਦੱਸਣਾ ਨਹੀਂ ਹੈਗਾ, ਤੁਸੀਂ ਡਾਇਰੈਕਟਲੀ ਜੋ SSP ਦਾ ਨੰਬਰ ਦਿੱਤੇ ਗਏ ਨੇ ਉਹਦੇ ਵਿੱਚ ਤੁਸੀਂ ਆਪਣਾ ਇਨਫੋਰਮੇਸ਼ਨ ਤੁਸੀਂ ਦੇ ਸਕਦੇ ਹੋ। ਭਾਵੇਂ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਜਾਂ ਤੁਸੀਂ ਵਟਸਐਪ ਕਰਕੇ ਵੀ ਦੇ ਸਕਦੇ ਆ ਕਿ ਉਹਦਾ ਨੰਬਰ ਜਾਂ ਕਿੱਥੇ ਇਹ ਕਰ ਰਹੇ ਨੇ ਕੰਮ ਇਹ ਚੀਜ਼ ਦਾ ਔਰ ਉਹਦਾ ਕੀ ਨਾਂ ਹੈਗਾ। ਜੋ ਵੀ ਡਿਟੇਲਸ ਸਾਡੇ ਕੋਲ ਹੈਗੇ ਤੁਸੀਂ ਉਸ ਸਾਰੀ ਚੀਜ਼ਾਂ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਜਸਟ ਇਹ ਤੁਹਾਡੇ ਇਹਦੇ ਰਾਹੀਂ ਵੀ ਮੈਂ ਇੱਕ ਵਾਰੀ ਦੁਬਾਰਾ ਇਹ ਮੈਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਇਹ SSP ਦਫ਼ਤਰ ਦਾ ਨੰਬਰ ਮੈਂ ਤੁਹਾਨੂੰ ਦੱਸਾਂਗੀ ਜੀ। ਇੱਕ ਵਾਰੀ ਨੰਬਰ ਹੈਗਾ 6204-07088। ਇਹ ਨੰਬਰ ਦੇ ਉੱਤੇ ਤੁਸੀਂ ਆਪਣਾ ਵਟਸਐਪ ਵੀ ਕਰ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ। ਇਹ ਸਾਡਾ 24/7 ਨੰਬਰ ਚੱਲਦਾ ਰਹੂਗਾ ਜੀ। ਇਹਦੇ ਵਿੱਚ ਦੇਖੋ ਜੀ, ਇਹ ਜੋ 24/7 ਚੱਲਣੀ ਹੈਗੀ ਤਾਂ ਸ਼ਿਫਟ ਵਾਈਜ਼ ਚੱਲੂਗੀ, ਕਿਉਂਕਿ ਕੋਈ ਵੀ 24 ਆਵਰਸ ਕੰਟੀਨਿਊਸਲੀ ਕੰਮ ਨਹੀਂ ਕਰ ਸਕਦੇ। ਸ਼ਿਫਟ ਵਾਈਜ਼ ਇਹ ਚੱਲੂਗਾ। ਇਹਦੇ 'ਚ ਜਾਂ ASI ਜਾਂ ਸਬ ਇੰਸਪੈਕਟਰ ਲੈਵਲ ਦੇ ਆਫਿਸਰ ਉਹ ਦੇਖਣਗੇ ਔਰ ਜੋ ਇਨਫੋਰਮੇਸ਼ਨ ਦੀ ਹੈਗੀ ਆ ਬੇਸਡ ਔਨ ਦਾ ਸੈਂਸਿਟਿਵਿਟੀ ਆਫ ਦਾ ਇਨਫੋਰਮੇਸ਼ਨ, ਕਿ ਇਨਫੋਰਮੇਸ਼ਨ ਕਿੰਨੀ ਵੱਡੀ ਹੈ ਕਿੰਨੀ ਛੋਟੀ ਹੈ ਕਿਵੇਂ ਹੈਗਾ, ਉਹਦੇ ਹਿਸਾਬ 'ਚ ਇਕੱਲੀ ਇਕੱਲੀ ਜੋ ਮੈਸੇਜਸ ਪਬਲਿਕ ਦਾ ਆਉਣਗੇ ਉਹ ਸਾਰੇ ਮੇਰੇ ਤੱਕ ਆਉਣਗੇ ਔਰ ਉਹਦੇ ਅਕੋਰਡਿੰਗਲੀ ਸੈਂਸਿਟਿਵਿਟੀ ਵੇਖ ਕੇ ਉੱਥੇ ਆਪਾਂ ਥਾਣੇ ਦਾ ਟੀਮ ਭੇਜੀਏ ਜਾਂ CIA ਦਾ ਟੀਮ ਭੇਜੀਏ ਜਾਂ ਆਪਣਾ NDPS ਦਾ ਵੱਖਰਾ ਟੀਮ ਹੈਗਾ ਉਹਨਾਂ ਨੂੰ ਭੇਜੀਏ, ਉੱਥੇ ਉਹਨਾਂ ਨੂੰ ਡਿਸਾਈਡ ਕਰਕੇ ਉਹਦੇ ਵਿੱਚ ਰੇਡ ਕੀਤਾ ਜਾਊ। ਬਿਲਕੁਲ ਹੋ ਸਕਦੇ ਆ ਜੀ। ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਜੋ ਨੇਚਰ ਆਫ ਦਾ ਇਨਫੋਰਮੇਸ਼ਨ ਜੋ ਹੈਗੀ, ਕੁਝ ਇਨਫੋਰਮੇਸ਼ਨ ਜੋ ਸਾਡੇ ਕੋਲ ਆਉਂਦੀ ਹੈ ਉਹਦੇ ਵਿੱਚ ਇਹ ਹੁੰਦਾ ਕਿ ਇਹ ਫਲਾਣਾ ਬੰਦੇ ਹੈਗੇ, ਇਹ ਹਰ ਰੋਜ਼ ਆਉਂਦੇ ਨੇ, ਇਹ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਇਹ ਹੈਗਾ, ਭਾਵੇਂ ਉਹ ਮਤਲਬ ਇਹਨਾਂ ਨੂੰ ਪਹਿਲੇ ਹੀ ਜਾਣਦੇ ਹੈਗੇ, ਭਾਵੇਂ ਉਹਨਾਂ ਦੇ ਦੋਸਤ ਨੇ ਜਾਂ ਇਹਨਾਂ ਦੇ ਰਿਲੇਟਿਵਸ ਨੇ, ਇਹ ਹੋ ਸਕਦੇ। ਇੱਕ ਤਰੀਕਾ ਇਹ ਹੋ ਸਕਦਾ। ਦੂਜਾ ਤਰੀਕਾ ਇਹ ਹੈ ਕਿ ਕੋਈ ਬਾਹਰ ਦੇ ਆ ਰਹੇ ਨੇ, 5-10 ਮਿੰਟ ਕੇ ਲਈ ਉੱਥੇ ਰੁਕ ਰਹੇ ਨੇ, ਇਹ ਕਰਕੇ ਮਤਲਬ ਇੱਦਾਂ ਕੰਮ ਕਰਕੇ ਆਪਣਾ ਜਾ ਰਹੇ ਨੇ। ਤੋ ਬੇਸਡ ਔਨ ਦ ਨੇਚਰ ਆਫ ਜੋ ਇਨਫੋਰਮੇਸ਼ਨ ਹੈਗੀ ਆ, ਕੰਮ ਦਾ ਨੇਚਰ ਹੈਗਾ, ਉਹਦੇ ਹਿਸਾਬ ਸੇ ਆਪਣੀ ਜੋ ਹੈ ਕਾਰਵਾਈ ਹੋਊਗੀ ਜੀ। ਬਿਲਕੁਲ ਜੀ, ਇਹਦੇ ਵਿੱਚ ਪਬਲਿਕ ਨੂੰ ਫਾਇਦਾ ਬਹੁਤ ਹੋਊਗਾ, ਕਿਉਂਕਿ ਅਸੀਂ ਪਹਿਲੇ ਵੀ ਨਸ਼ੇ ਦੇ ਖਿਲਾਫ ਖੜੇ ਹਾਂ, ਹੁਣ ਵੀ ਨਸ਼ੇ ਦੇ ਖਿਲਾਫ ਖੜੇ ਹਾਂ। ਅਗਰ ਜਦੋਂ ਪਬਲਿਕ ਵੀ ਪੁਲਿਸ ਦੇ ਨਾਲ ਜੁੜਦੀ ਹੈ, ਜਦੋਂ ਇਹ ਇਨਫੋਰਮੇਸ਼ਨ ਦਿੰਦੀ ਹੈ ਉਹ ਉਹਨਾਂ ਦੇ ਖਿਲਾਫ ਹੋ ਜਾਂਦੇ ਆ, ਤਾਂ ਉਹਦੇ ਵਿੱਚ ਬਿਲਕੁਲ ਫਰਕ ਪਊਗਾ, ਬਿਲਕੁਲ ਨਸ਼ੇ ਦੇ ਉੱਤੇ ਠੱਲ ਪਊਗਾ ਜੀ।